पिछले हफ्ते बराबर इसी हफ्ते 20 तरीक को दौलतपुर पिंड जिहड़ा साडे इत्थे फूल थाणे च पैंदा है उहदे विच बहुत ही मनभागा इंसीडेंट वापरिया सीगा जिहड़ा कि पिंड दे बार बार एक गुटका साहब जिहड़ा हैगा उहदा एक सैकटरी च इंसीडेंट वापरिया सीगा। इनफॉर्मेशन मिलदिया ही असीं उहदे उत्ते एक एफ आई आर लॉन्च हुई 618 नंबर और उस तो बाद फिर मौका विजिट किया सारिया ने और एक स्पेशल इन्वेस्टिगेशन टीम बनी एस टी डिटेक्टिव बठिंडे की रहनुमाई थले प्लस डीएसपी डी और डीएसपी हल्का इंचार्ज सारिया ही एक स्पेशल टीम बनिया जिन्होंने उसका सारा ही जो डिटेल देखिया और उन्होंने इन्वेस्टिगेशन करद्या करांद्या विद इन 5 दिन के जिहड़ा हैगा मुलजम जिहड़ा जिसने वो अंजाम दिता उन्हें असी अरैसट कर लिया। उसका नाम है अमृतपाल सिंह उस पिंड का रहने वाला और तकरीबन 22-23 साल का उम्र का है और उसे ग्रेजुएशन बी ए की पढ़ाई करता है और इस मसले के अरैसट कर ली हैगी है और इस इन्वेस्टिगेशन दे विच सानू उस पिंड दे सारे ही जिहड़े पंचायत और बाकी जिन्हें भी सीगे उन्होंने बहुत सपोर्ट किया। उत्थों दी जिहड़ा गुरुद्वारा दी जिहड़ी मैनेजमेंट कमेटी है उन्होंने बहुत चंगी तरह साडा सपोर्ट किया सारे उन्होंने असीं जिहड़ियां इन्वेस्टिगेशन दे विच जो जो सानू लग्या उन्होंने सानू उपलब्ध करवाया और ਜਿਹਦੇ ਨਾਲ ਕਿ ਉਹ ਜਿਹੜਾ ਇੱਕ ਬਹੁਤ ਹੀ ਮਨਭਾਗਾ ਇੰਸੀਡੈਂਟ ਸੀਗਾ ਉਹ ਫੇਸ ਹੋ ਗਿਆ ਔਰ ਉਹਦੇ ਨਾਲ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਔਰ ਫਰਦਰ ਉਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ। ਸਰ ਮੋਟਿਵ ਕੀ ਹੁੰਦਾ? ਮੋਟਿਵ ਬੇਸਿਕਲੀ ਜਿਹੜਾ ਹੈਗਾ ਇਹ ਤਕਰੀਬਨ ਬਹੁਤ ਪਹਿਲਾਂ ਵੀ ਜੋ ਪਿੰਡ ਵਾਲੇ ਦੱਸਦੇ ਨੇ ਕਿ ਕੁਛ ਜਿਵੇਂ ਆਪਣੇ ਆਪ ਨੂੰ ਬਿਮਾਰੀ ਦੀ ਟਾਈਪ ਦੱਸਦਾ ਰਿਹਾ ਉਹ ਹੋ ਸਕਦਾ ਕਿ ਜੋ ਫਿਜ਼ੋਸੈਕੀ ਜਿਹੜਾ ਆਪਾਂ ਕਹਿ ਸਕਦੇ ਹਾਂ ਉਸ ਟਾਈਪ ਦਾ ਸੀਗਾ। ਬਾਕੀ ਉਹਦੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਕਿਉਂਕਿ ਉਸ ਦਿਨ ਉੱਥੋਂ ਦਾ ਹੀ ਰਹਿਣ ਵਾਲਾ ਹੈ ਰੋਜ਼ ਗੁਰਦੁਆਰਾ ਵਿਜ਼ਿਟ ਕਰਦਾ ਹੈ ਰੋਜ਼ ਗੁਰਦੁਆਰੇ ਮੱਥਾ ਟੇਕਦਾ ਅਸੀਂ ਪੂਰਾ ਰਿਕਾਰਡ ਦੇਖ ਰਹੇ ਹਾਂ ਉਹਦਾ ਉਹ ਸਾਰੀਆਂ ਇਨਵੈਸਟੀਗੇਸ਼ਨ ਦੇਖ ਰਹੇ ਹਾਂ ਲੇਕਿਨ ਉਹ ਰੋਜ਼ ਗੁਰਦੁਆਰੇ ਜਾਂਦਾ ਸੀਗਾ ਪਾਠ ਕਰਦਾ ਸੀ ਉਸ ਦਿਨ ਵੀ ਉਹਨੇ ਜਾ ਕੇ 4 ਵਜੇ ਤਕਰੀਬਨ ਉਹ ਗੁਰਦੁਆਰਾ ਸਾਹਿਬ ਜਾਂਦਾ ਉੱਥੇ ਉਹਨੇ ਪਾਠ ਪਹਿਲਾਂ ਕੀਤਾ ਹੈਗਾ ਪਾਠ ਕਰਨ ਤੋਂ ਬਾਅਦ ਫਿਰ ਜਿਹੜੀ ਇੰਸੀਡੈਂਟ ਹੈਗੀ ਉੱਥੇ ਰਿਹਾ ਘੰਟਾ ਡੇਢ ਘੰਟਾ ਰਿਹਾ ਔਰ ਉਸ ਤੋਂ ਬਾਅਦ ਉਹ ਜਿਹੜਾ 6:30 ਵਜੇ ਪੈਦਲ ਹੀ ਆਪਣਾ ਗਿਆ ਤੇ ਉਹੀ ਗੁਟਕਾ ਸਾਹਿਬ ਆਪਣੀ ਜੇਬ 'ਚ ਪਾ ਲਿਆ ਉਹ ਜਾ ਕੇ ਉੱਥੇ ਕਿਸੇ ਜਗ੍ਹਾ 'ਤੇ ਜਿਹੜਾ ਸਕੂਲ ਦੇ ਨੇੜੇ ਰਸਤੇ ਜਿਹੜਾ ਆਪਣੇ ਘਰ 'ਤੇ ਜਾਣ ਵਾਲਾ ਰਸਤਾ ਸੀ ਉੱਥੇ ਸੁੱਟ ਦਿੱਤਾ। ਸੋ ਬਾਕੀ ਚੀਜ਼ਾਂ ਵੀ ਇਨਵੈਸਟੀਗੇਟ ਕਰਦੇ ਹਾਂ ਲੇਕਿਨ ਆਪਦੀ ਘੜੀ ਦੇ ਵਿੱਚ ਕੋਈ ਇੱਦਾਂ ਦਾ ਕੋਈ ਹੋਰ ਚੀਜ਼ ਨਹੀਂ ਆਈ ਕਿ ਉਹਦਾ ਵੀ ਇਹੋ ਜਿਹਾ ਜਿਵੇਂ ਸਪਰਪ ਦਾ ਮੂਵਮੈਂਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਵਿਅਸਤੀਕਰਨ ਦਾ ਜਿਹੜਾ ਸੀਗਾ ਉਹ ਦੱਸਦੇ ਆ ਪਿੰਡ ਵਾਲੇ ਕਿ ਪਹਿਲਾਂ ਵੀ ਉਹਨੇ ਕਿਹਾ ਕਿ ਮੇਰੀ ਆਪਣਾ ਚਲੇ ਗਈ ਸੀਗਾ ਮੈਂਬਰ ਦਾ ਜਿਵੇਂ ਇੱਕ ਕਹਿ ਸਕਦੇ ਹਾਂ ਫਿਕਸ ਪੈਨ ਵਾਲੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਉਹਨੂੰ ਉਹਨੇ ਡਾਕਟਰ ਨੂੰ ਵੀ ਦਿਖਾਇਆ ਕਿ ਇਹਨੂੰ ਫਿਟ ਪੈ ਰਿਹਾ ਜਾਂ ਕਿਵੇਂ ਉਹਨੇ ਕਿਹਾ ਪਹਿਲਾਂ ਪੂਰੀ ਕਿਹਾ ਕਿ ਮੇਰੀਆਂ ਅੱਖਾਂ ਚਲੇ ਗਈਆਂ ਦੋ ਦਿਨ ਪਹਿਲਾਂ ਵੀ ਕੁਛ ਕਰ ਨਹੀਂ ਸੀ ਆਈ ਇਸ ਤੋਂ ਇਲਾਵਾ ਉਹਨੇ ਹੋਰ ਬਿਮਾਰੀ ਦਾ ਦੱਸਿਆ ਕਿ ਇੱਦਾਂ ਹੋ ਗਿਆ। ਸਰ ਪਹਿਲਾਂ ਕਦੇ ਕੋਈ ਵਾਰਦਾਤ ਨਹੀਂ ਕੋਈ ਵਾਰਦਾਤ ਨਹੀਂ ਜਾਂ ਕੋਈ ਅਪਣੀ ਗੱਲ ਵਾਸਤੇ ਸਾਹਮਣੇ ਨਹੀਂ ਆਈ। ਠੀਕ ਹੈ।